क्रांति टीवी दे रबवर्गी श्रोतियां नूं शिंदा कौलधार वल्लों जय गुरदेव, जय भीम, जय संविधान, जय संतां दी। अज असी बहुत लंबे अरसे तो बाद दोबारा बेगमपुरे दे संकल्प प्रोग्राम दे विच अमर शीश संत रामानंद दियां यादां नूं ताज़ा करन वास्ते थोड़े नाल सांझ पाउण लगे हाँ। और अमर शहीद संत रामानंद जी 25 मई 2009 नूं बयाना दी धरती ते शहीद हो गए। उन्हां दियां यादां जिहड़ियां ਉਹ ਅਸੀਂ ਬਹੁਤ ਹੀ ਸਤਿਕਾਰਯੋਗ ਵੀਰ ਮਾਸਟਰ ਸੋਮਰਾਜ ਫਗਵਾੜਾ ਜੀ, ਜਿਨ੍ਹਾਂ ਨੇ ਪਹਿਲਾਂ ਵੀ ਕ੍ਰਾਂਤੀ ਟੀ ਵੀ ਦੇ ਉੱਤੇ ਬਹੁਤ ਸਾਰੇ ਵਿਚਾਰ ਜਿਹੜੇ ਹੈ ਜਿਹੜੇ ਇੱਕ ਮਨੁੱਖ ਦੇ ਜੀਵਨ ਨੂੰ ਸੁਧਾਰਨ ਵਾਸਤੇ ਹੁੰਦੇ ਨੇ ਉਹ ਪੇਸ਼ ਕੀਤੇ, ਅਤੇ ਮੈਂ ਅੱਜ ਵੀ ਉਹਨਾਂ ਮਹਾਨ ਰੂਹਾਂ ਦੇ ਦਰਸ਼ਨ ਤੁਹਾਨੂੰ ਕਰਾਉਣ ਜਾ ਰਿਹਾ। ਅਤੇ ਉਸ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਵੰਦ ਕਹਿਣਾ ਚਾਹੂੰਗਾ। ਕੋਈ ਦੁਖੀਆ ਅਤੇ ਮਜਬੂਰ ਨਾ ਹੋਵੇ, ਕੋਈ ਦੁਖੀਆ ਅਤੇ ਮਜਬੂਰ ਨਾ ਹੋਵੇ, ਐਸੀ ਦੁਨੀਆ ਚਾਹਵਾਂ, ਨਾ ਹੋਵੇ ਅਪਮਾਨ ਕਿਸੇ ਦਾ, ਬੇਗਮਪੁਰਾ ਵਸਾਵਾਂ, ਅਨਪੜ੍ਹ ਨਿਰਧਨ ਲੁੱਟੇ ਪੁੱਟੇ ਸੀਨੇ ਨਾਲ ਲਗਾਵਾਂ, ਗੁਰੂ ਰਵਿਦਾਸ ਦਾ ਸੁਪਨਾ ਸੀ ਕਿ ਨੀਚੋਂ ਊਚ ਬਣਾਵਾਂ, ਨੀਚੋਂ ਊਚ ਬਣਾਵਾਂ। ਇਹ ਗੱਲ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਮੁਖਾਰਬੰਦ ਤੋਂ ਹਜ਼ਾਰਾਂ ਵਾਰ ਸੁਣਨ ਨੂੰ ਮਿਲੀ ਕਿ ਜਿਹੜਾ ਸਮਾਜ ਦੱਬਿਆ ਕੁਚਲਿਆ, ਜਿਹਨੂੰ ਗੁਲਾਮ ਬਣਾਈ ਰੱਖਿਆ, ਜਿਹਨੂੰ ਕੋਈ ਸਹੂਲਤ ਹੀ ਨਹੀਂ ਦਿੱਤੀ ਗਈ, ਉਹਨੂੰ ਗੁਰੂ ਰਵਿਦਾਸ ਜੀ ਨੇ ਇੱਕ ਬੇਗਮਪੁਰਾ ਸ਼ਹਿਰ ਜਿੱਥੇ ਕੋਈ ਵੀ ਦੁੱਖ ਨਹੀਂ, ਊਚ ਨਹੀਂ, ਨੀਚ ਨਹੀਂ, ਜਾਤ ਪਾਤ ਨਹੀਂ, ਕਿਸੇ ਵੀ ਚੀਜ਼ ਦਾ ਭੇਦਭਾਵ ਨਹੀਂ, ਹਰ ਸੁੱਖ ਸਹੂਲਤ ਚਾਹੀਦੀ ਹੈ, ਉਸ ਸੋਚ ਦੇ ਉੱਤੇ ਸੰਤ ਰਾਮਾਨੰਦ ਜੀ ਲਗਾਤਾਰ 40 ਸਾਲ ਉਹਨਾਂ ਨੇ ਕੰਮ ਕੀਤਾ ਅਤੇ ਆਖਰ ਰਵਿਦਾਸੀਆ ਸਮਾਜ ਦੇ ਕੌਮ ਨੂੰ ਸਰੀਰਕ ਤੌਰ 'ਤੇ ਛੱਡ ਕੇ ਉਹ ਚਲੇ ਗਏ। ਪਰ ਉਹਨਾਂ ਦੀਆਂ ਯਾਦਾਂ ਜੁੜੀਆਂ, ਉਹਨਾਂ ਦੀਆਂ ਯਾਦਾਂ ਦੇ ਵਿੱਚ ਅਸੀਂ ਅੱਜ ਮਾਸਟਰ ਸੋਮਰਾਜ ਜੀ ਫਗਵਾੜਾ, ਜਿਹੜੇ ਬੜੇ ਲੰਬੇ ਸਮੇਂ ਤੋਂ ਡੇਰਾ ਸੱਚਖੰਡ ਬੱਲਾਂ ਦੇ ਕੰਮ ਵੀ ਕਰਦੇ ਨੇ ਔਰ ਨਾਲ ਨਾਲ ਬੱਚਿਆਂ ਨੂੰ ਐਸੀ ਸਿੱਖਿਆ ਦਿੰਦੇ ਆ ਕਿ ਇਹਨਾਂ ਦੇ ਬਹੁਤ ਸਾਰੇ ਪੜ੍ਹਾਏ ਹੋਏ ਬੱਚੇ ਜਿਹੜੇ ਆ ਅੱਜ ਵੱਡੀਆਂ ਕੁਰਸੀਆਂ 'ਤੇ ਬੈਠੇ ਆ। ਅਤੇ ਲਓ ਤੁਹਾਡੇ ਨਾਲ ਰੂਬਰੂ ਕਰਾ ਰਿਹਾ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਸਾਰੀਆਂ ਸੰਗਤਾਂ ਨੂੰ, ਕ੍ਰਾਂਤੀ ਟੀ ਵੀ ਦੇਖ ਰਹੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਗੁਰਦੇਵ, ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ। ਅਤੇ ਜੋ ਸੰਗਤਾਂ ਅੱਜ ਦੇਖ ਰਹੀਆਂ ਨੇ, ਅਸੀਂ ਯਾਦਾਂ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਉਹ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਮੈਂ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਹਾਂ ਕਿ ਕ੍ਰਾਂਤੀ ਟੀ ਵੀ ਨੇ ਇਸ ਦੇ ਲਈ ਮੈਨੂੰ ਇਹ ਮਾਣ ਬਖਸ਼ਿਆ, ਮੈਨੂੰ ਨਵਾਜ਼ਿਆ। ਮੈਂ ਕ੍ਰਾਂਤੀ ਟੀ ਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਸ ਦੇ ਨਾਲ ਹੀ ਕਿ ਅਸੀਂ ਨਾਲੇ ਮਹਾਰਾਜ ਜੀ ਨੂੰ ਯਾਦ ਕਰਾਂਗੇ, ਨਾਲੇ ਸਤਸੰਗ ਕਰਾਂਗੇ, ਅਤੇ ਨਾਲੇ ਸਾਡਾ ਆਪਣਾ ਜਿਹੜਾ ਜੀਵਨ ਆ ਉਹ ਸਫਲਾ ਹੋਏਗਾ ਜੀ। ਮਾਸਟਰ ਜੀ, ਤੁਹਾਡੀਆਂ ਇਹਨਾਂ ਵਿਚਾਰਾਂ ਦੇ ਵਿੱਚ ਮੈਨੂੰ ਉਹ ਦਿਨ ਯਾਦ ਆਇਆ ਜਦੋਂ 21 ਸਾਲ ਪਹਿਲਾਂ ਮੈਂ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ ਸ਼੍ਰੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਯੂਰਪ ਦੀ ਧਰਤੀ 'ਤੇ ਫਰਾਂਸ ਵਿਖੇ ਪਹੁੰਚੇ। ਉਸ ਵਕਤ ਪਹਿਲੀ ਵਾਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਮਿਲੇ ਹੈ, ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਨੂੰ ਦੇਖਿਆ, ਸਮਝਿਆ, ਅਤੇ ਇੱਕ ਵੱਖਰਾ ਜਿਹਾ ਜ਼ਿੰਦਗੀ 'ਚ ਨਜ਼ਾਰਾ ਆ ਗਿਆ, ਆਨੰਦ ਆ ਗਿਆ। ਉਹਨਾਂ ਦੇ ਨਾਲ ਤੁਰਦਿਆਂ ਨੂੰ ਅੱਜ ਲੰਬਾ ਸਮਾਂ ਹੋਇਆ,
तो सानू छड़ के चले गए। तो उन्हां दियां जिहड़ियां यादां आ अज संगतां नाल आपां सांझियां करनियां, मैं भी जिन्ना चिर उन्हां दे नाल कम कीता वह अगलियां किस्तां दे विच तुहाडे नाल सांझियां करांगा। पर तुसीं इंडिया दे विच रह के अमर शहीद संत रामानंद नूं बहुत लाग्यों तुसीं देखिया, उन्हां नूं समझिया, तो मैं चाहुंदा हां कि उन्हां दे पिंड बारे उन्हां दे जन्म बारे जिहड़ा हैगा आ वह तुसीं संगतां दे नाल सांझ पाओ। सब तो पहला तो मैं जो आप जी ने वर्णन किया भी मन गद गद हो गया उन्होंने दर्शन करके, क्योंकि वह चौथे पद के मालक से संत रामानंद जी। जिहड़ा मनुखी जीवन आ इहदे चार पद हुंदे आ जी। पहला हैगा मनमुख जड़, जिहदे मन विच परमात्मा लई कोई थां ही है नहीं, उन्हूं असी अहमक कह दें, असी पागल कहने, मूर्ख कहने, बेअकला भी कह दें। ठीक। दूसरे प्राणी होंदे जिग्यासू, जिहड़े जिग्यासा रखते हैं भी परमात्मा की है, संत की होंदे है, उन्हां दी बाणी नूं असी समझिए। उन्हां दी अवस्था इस तरह की है कि वह रास्ते उत्ते तुरे नहीं है, घर बैठे स्कीम लाई जाते, जिमें किसी के बाल बच्चा पैदा होया तो उन्होंने कहें भी यू असी डाक्टर बनाना, असी यू इंजीनियर बनाना, पर अजे वह स्कूल तो गया ही नहीं, हजे उन्होंने भेजा ही नहीं, बना वह जिग्यासा रखते हैं परंतु हजे कार्ज नहीं हो रहा, वो जिग्यासू ने। तीसरे है साध, जिन्होंने अपने मन को दुनिया के लालचों तो साध लिया। सतगुरु कबीर महाराज जी साध की जिहड़ी पोजिशन आ अवस्था उहदे उत्ते शंका प्रगट करदे, वह कहिंदे ने साध कहावण कठिन है, ज्यो खंडे की धार, डिग मगाए तो गिर पड़े निश्चल उतरे पार। वह रास्ते ते चलदे है, जिवें असीं घरों जाने रिश्तेदारां नूं मिलण, रास्ते च जाम लगा है, असीं वापस मुड़े आउंदे आ, अगे कोई एक्सीडेंट हो गया, राह बंद हो गया, असी फिर वापस आ जाने, नेरी झक्खड़ चल पई, असी वापस जानी, असी उत्थे मंजिल ते पहुंचे नहीं है, वापस मुड़े आए। इस तरह जेड़ा साधु हैगा महाराज जी कहिंदे भी उहदे ते शंका है भी हो सकता वह किते डैग मगा जाए, तो अनेक प्राणी जड़े आ वह साधु तो डैगदे जड़े आ असी भी देखे आ, तुसी भी देखे आ। जिहड़े चौथे हुंदे आ उह हुंदे संत, जिन्हां ने सच दा अंत देख लिया, जिन्हां ने परमात्मा दा घर देख लिया। उहनूं गुरु नानक देव महाराज जी लिखदे आ, जैसी मैं आवै खासम की बाणी, तैसड़ा करी ज्ञान वे लालो। उही ज्ञान दसूगा जिने उहनूं देखिया, जिने देखिया ही नहीं है वह की कर सकता। जिमें अन्ना है, उन्होंने पांच अन्ने से उन्होंने हाथी दे कोल खड़ा करता, कहिंदे दसो भी हाथी किद्दां दंदा, जिहड़ा एक अन्ना सौंड दे हाथ फेरदा सी वह कहिंदा हाथी इदां हुंदा जिद्दां परनाला लगा हुंदा, वह जिने लत्त दे हाथ मारदा सी वह कहिंदा नहीं नहीं तैनू नहीं पता मैनू पता, हाथी जिद्दां पिलर हुंदा आ मकान दा। वह तीजा कहिंदा तैनू नहीं पता, वह कन्न ते हाथ मारदा सी वह कहिंदा जिद्दां फुलका हुंदा लंगर दा हाथी इदां दा हुंदा। वह चौथे दे पूछ सीगी वह कहिंदा नहीं जिद्दां बार्डर ते कंडियाली तार लगी हुंदी इदां दा हुंदा, वह जिद्दां दा उन्होंने अनुभव करना उन्हें उदां दा ही करना। इस तरह जिहड़े संत हैगे आ उन्होंने सच दा अंत देख लिया, तां उन्होंने परमात्मा दा घर देख लिया। तो गुरु रविदास महाराज जी ने संत की वड्याई करते हुए लिखिया, रविदास भणे जो जाने सो जान, संत अनंत है अंतर नाही। भाई कोई मन्ने ते चो ना मन्ने, असी ये डंके की चोट ते कहने आ कि संतां विच ते परमात्मा विच कोई भी भेद नहीं हैगा। तो इस तरह संत मलूक दास जी कहिंदे आ कि जहां जहां
बछड़ा जाए तहाँ तहाँ जाए गाए, जहाँ जहाँ संत जन तहाँ रमैया जाए। भी जिधर नू बछड़ा जाता उधर नू गां जाती है, तो इदा ही जिधर नू संत जाते उधर नू परमात्मा आता है। तो परमात्मा जिहड़ा है वह संतां दे मगर मगर फिरदा है, क्योंकि उन्हां दा हिरदा शुद्ध हुंदा है। कबीर मन निर्मल भया जैसे गंगा नीर, पाशे लागे हर फिरे कहत कबीर कबीर। सो जिहड़ा संत हैगा है ये एक ऐसा शब्द ऐसी शख्सियत है जिहनूं देखदिआं ही मन जिहड़ा है वह ठर जांदा है। ठीक, उन्हां दे दर्शन कीतिआं ही मन की तपश जिहड़ी है वह दूर हो जाती है। मैं एक संस्कृत का श्लोक पढ़िया सीगा, उहदे विच लिखिआ है कि गंगा पापम चंद्रा तापम दैन्य च कल्प तरु तथा पापम तापम दैन्य चा बनंती संत महाशय। भी जिहड़ी गंगा आ उह मनुख दे पापा नू दूर करदी है जिहड़े उहदे विच नहावे, यह विश्वास है जी। ठीक, उस तो बाद वो कहंदे जिहड़ा चंद्रमा आ उह सूरज की सारे दिन की तपश नू दूर करदा है, ठंडक पैंदी है। जिस बंदे की गरीबी आ उहनू कल्प वृक्ष जिहड़ा है वह दूर करदा, उहदे तो जो मंगो उही मिलदा है। पर कहिंदे संत जन जिहड़े ने पापम तापम दैन्य चा बनंती संत महाशय, जे संतां दे चरणां विच जाके मनुख फरियाद कर दे, संतां दे दर्शन कर लवे, तां उहदे पाप उहदे काम क्रोध लोह मोह हंकार दे ताप अते नाम ना जपण दी गरीबी नू इको वार दूर कर देंदे आ। इस करके वह संत रामानंद जी जिहड़े सीगे वह अजिही शख्सियत सीगे जिन्हां दे दर्शन करन नाल मनुख नू शांति मिलदी। वैसे संत शब्द दे उत्ते जे आपां थोड़ा जिहा होर व्याख्या करिए, संत शब्द लिखिया जावे सस्से दे उत्ते टिप्पी ते तत्ता, जिहड़ी टिप्पी आ वह नन्ने दी आवाज दिंदी आ, हिंदी विच सा अद्धा ना ते ता संत बन। जिहड़ा सस्सा हैगा वह हैगा सेवा ते सिमरन, नन्ना हैगा निम्रता ते निष्कामता, तत्ता हैगा त्याग ते तपस्या। यह छे गुण रल के संत बनता है, वह महान व्यक्ति जिन्हां विच सेवा ते सिमरन, जेदे विच निम्रता ते निष्कामता, जेदे विच त्याग ते तपस्या होवे, एक गुण मौजूद होण, वह संत दा दर्जा जिहड़ा है वह प्राप्त करदा है। ते गुरु अर्जन देव महाराज जी ने संतां दी वड्याई करदे हुए लिखिया, संत का मार्ग धर्म की पौड़ी को वडभागी पाए। सो उहनां दे दर्शन करके जे तुहानूं शांति होई है तां इहदा मतलब है ਉਹ ਸਹੀ ਸ਼ਬਦਾਂ ਵਿੱਚ ਸੰਤ ਸਨ। ਹੁਣ ਆਪ ਜੀ ਨੇ ਪ੍ਰਸ਼ਨ ਕੀਤਾ ਹੈ ਕਿ ਸੰਤਾਂ ਦਾ ਜੀਵਨ, ਸੰਤ ਰਾਮਾਨੰਦ ਜੀ ਦਾ ਜਿਹੜਾ ਪਰਿਵਾਰ ਸੀ ਇਹ ਪਹਿਲਾਂ ਬੱਲਾਂ ਵਿਖੇ ਹੀ ਰਹਿੰਦਾ ਸੀ। ਠੀਕ, ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਬੱਲਾਂ ਹੀ ਰਹਿੰਦੇ ਸੀਗੇ, ਬੱਲਾਂ ਹੀ। ਠੀਕ, ਬੱਲਾਂ ਤੋਂ ਫਿਰ ਇਹ ਅਲਾਵਲਪੁਰ ਦਾ ਇੱਕ ਪਿੰਡ ਹੈ ਰਾਮਦਾਸਪੁਰ। ਠੀਕ, ਇਹ ਉੱਥੇ ਇਹਨਾਂ ਦੇ ਬਜ਼ੁਰਗ ਚਲੇ ਗਏ। ਠੀਕ, ਅਤੇ ਅੱਜ ਕੱਲ੍ਹ ਇਹ ਅਲਾਵਲਪੁਰ ਕਸਬੇ ਦਾ ਇੱਕ ਵਾਰਡ ਬਣਿਆ ਹੋਇਆ ਜੀ। ਠੀਕ ਹੈ ਜੀ, ਅਤੇ ਇਹ ਅਲਾਵਲਪੁਰ ਜਿਹੜਾ ਹੈ ਉਹ ਆਦਮਪੁਰ ਦੇ ਨਜ਼ਦੀਕ ਆ, ਅਤੇ ਆਦਮਪੁਰ ਜਲੰਧਰ ਜ਼ਿਲ੍ਹੇ 'ਚ। ਇਸ ਲਈ ਸੰਤ ਰਾਮਾਨੰਦ ਜੀ ਦਾ ਜਿਹੜਾ ਜਨਮ ਹੈ ਉਹ ਸ਼੍ਰੀਮਾਨ ਮਹਿੰਗਾ ਰਾਮ ਜੀ ਅਤੇ ਬੀਬੀ ਜੀਤ ਕੌਰ ਦੇ ਗ੍ਰਹਿ ਵਿਖੇ
2 फरवरी 1952 ਨੂੰ ਰਾਮਦਾਸਪੁਰ ਜਿਹਨੂੰ ਰਮਦਾਸਪੁਰ ਵੀ ਕਹਿ ਦਿੰਦੇ ਆ ਅਲਾਵਲਪੁਰ ਕਸਬੇ ਦੇ ਵਿੱਚ ਹੋਇਆ। ਠੀਕ। ਬੜਾ ਚਾਅ ਹੋਇਆ। ਹਾਂਜੀ। ਫਿਰ ਜਦੋਂ 1.5 ਸਾਲ ਦੀ ਉਮਰ ਹੋਈ ਤੇ ਸੰਤ ਰਾਮਾਨੰਦ ਜੀ ਸਖਤ ਬਿਮਾਰ ਹੋ ਗਏ। ਠੀਕ। ਜਦੋਂ ਬਿਮਾਰ ਹੋਏ ਤਾਂ ਸ਼੍ਰੀਮਾਨ ਮਹਿੰਗਾ ਰਾਮ ਜੀ ਬੱਲਾਂ ਆ ਗਏ। ਠੀਕ। ਬੱਚੇ ਨੂੰ ਗੋਦ ਚੱਕ ਕੇ। ਹਾਂਜੀ। ਜਦੋਂ ਆਏ ਤਾਂ ਉਹਨਾਂ ਨੇ ਸੰਤ ਸਰਵਣ ਦਾਸ ਮਹਾਰਾਜ ਜੀ ਅੱਗੇ ਫਰਿਆਦ ਕੀਤੀ ਕਿ ਮਹਾਰਾਜ ਜੀ, ਬੱਚਾ ਸੁਰਤ ਨਹੀਂ ਕਰਦਾ, ਬਿਮਾਰ ਹੈ। ਮਹਾਰਾਜ ਜੀ ਕਹਿੰਦੇ ਠੀਕ ਆ। ਅਤੇ ਸ਼੍ਰੀਮਾਨ ਮਹਿੰਗਾ ਰਾਮ ਜੀ ਰੋਣ ਲੱਗ ਪਏ, ਕਹਿੰਦੇ ਮਹਾਰਾਜ ਜੀ ਤੁਸੀਂ ਕਹਿੰਦੇ ਠੀਕ ਆ, ਇਹ ਤਾਂ ਘੜੀ ਘੰਟੇ ਦਾ ਹੀ ਮਹਿਮਾਨ ਹੈ। ਤਾਂ ਸੰਤ ਸਰਵਣ ਦਾਸ ਮਹਾਰਾਜ ਜੀ ਨੇ ਕਿਹਾ, ਮਹਿੰਗਾ ਰਾਮਾ, ਬੱਚੇ ਨੂੰ ਘਰ ਲੈ ਜਾ, ਇਹ ਠੀਕ ਆ, ਇਹ ਕਿਤੇ ਨਹੀਂ ਜਾਣ ਵਾਲਾ। ਜਿੱਦਣ ਇਹਨੇ ਜਾਣਾ ਆ, ਹਾਹਾਕਾਰ ਮੱਚ ਜਾਣੀ ਆ, ਸਰਕਾਰਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਣੀਆਂ, ਤਰਥੱਲੀ ਮੱਚ ਜਾਣੀ, ਸਾਰੀ ਦੁਨੀਆ ਕੰਬਣ ਲੱਗ ਪਊਗੀ ਜਿਸ ਦਿਨ ਜਾਣਾ। ਅਤੇ ਉੱਦਣ ਪਤਾ ਲੱਗਣਾ ਵੀ ਮਹਿੰਗਾ ਰਾਮ ਦਾ ਮੁੰਡਾ ਜਿਹੜਾ ਆ ਉਹ ਚਲਾ ਗਿਆ, ਜਿਹਨੂੰ ਤੂੰ ਹੁਣ ਕਹਿੰਦਾ ਇਹ ਘੜੀ ਘੰਟੇ ਦਾ ਮਹਿਮਾਨ ਹੈ। ਤਾਂ ਮਹਾਰਾਜ ਜੀ ਨੂੰ ਲੈ ਗਏ, ਉਹ ਠੀਕ ਹੋ ਗਏ। ਫਿਰ ਇਹ ਸਕੂਲ ਗਏ, ਪੰਜਵੀਂ ਪਾਸ ਕੀਤੀ, ਫਿਰ 10ਵੀਂ ਪਾਸ ਕੀਤੀ। ਫਿਰ ਉਹਨਾਂ ਨੇ ਸ਼ਹਿਰ ਵੱਲ ਉੱਚ ਵਿਦਿਆਲਿਆ ਆਏ ਅਤੇ ਉਹਨਾਂ ਦੇ ਇੱਕ ਸਹਿਪਾਠੀ ਨੇ, ਕਲਾਸ ਫੈਲੋ ਨੇ, ਸ਼੍ਰੀ ਰੇਸ਼ਮ ਚੰਦ ਜੱਖੂ ਜੀ, ਉਹ ਸੰਤੋਖਪੁਰੇ ਰਹਿੰਦੇ ਜਲੰਧਰ। ਕਿਉਂਕਿ ਮੈਨੂੰ ਵੀ 39 ਸਾਲ ਤੋਂ ਜ਼ਿਆਦਾ ਸਮਾਂ ਜਿਹੜਾ ਜਲੰਧਰ ਸੋਢਲ ਪੜ੍ਹਾਉਂਦਿਆਂ ਨੂੰ ਹੋ ਗਿਆ ਅਤੇ ਮੈਨੂੰ ਇੱਕ ਇੱਕ ਵਿਅਕਤੀ ਦਾ ਪਤਾ ਹੈ। ਅਤੇ ਉਹ ਮੈਨੂੰ ਮਿਲੇ ਅਤੇ ਉਹਨਾਂ ਨੇ ਜਦੋਂ ਗੱਲਬਾਤ ਦੱਸੀ ਤਾਂ ਕਹਿੰਦੇ ਅਸੀਂ ਉਹਨਾਂ ਦੇ ਕਲਾਸ ਫੈਲੋ ਹੈ ਅਤੇ ਕਹਿੰਦੇ ਸੰਤਾਂ ਨੂੰ ਕਬੱਡੀ ਖੇਡਣ ਦਾ ਬਹੁਤ ਸ਼ੌਕ ਸੀ। ਵਾਹ। ਅਤੇ ਕਹਿੰਦੇ ਜਦੋਂ ਕਬੱਡੀ ਖੇਡਦੇ ਹੁੰਦੇ ਸੀ ਉਹਨਾਂ ਦਾ ਜਿਹੜਾ ਸੁਭਾਅ ਸੀ ਜਾਂ ਉਹਨਾਂ ਦੀ ਸੋਚ ਸੀ ਉਹ ਬਾਕੀਆਂ ਨਾਲੋਂ ਅਲੱਗ ਸੀ। ਕਹਿੰਦੇ ਉਹ ਜਿਹੜੇ ਆ ਜਦੋਂ ਮੱਲਣੇ ਅਤੇ ਉਹਨਾਂ ਨੇ ਕਹਿਣਾ ਵੀ ਜਿਹੜੇ ਜਿਹੜੇ ਖਿਡਾਰੀ ਆ ਮੱਲ ਲਓ ਅਤੇ ਮੱਲ ਲੈਣੇ। ਕਹਿੰਦੇ ਫਿਰ ਆਪ ਉਹਨਾਂ ਨੇ ਜਿਹੜੀ ਮਾੜੀ ਟੀਮ ਹੁੰਦੀ ਸੀ ਨਾ ਉਹਨਾਂ ਵੱਲ ਆਪ ਹੋ ਜਾਣਾ। ਹਾਂ। ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਮਹਾਰਾਜ ਜੀ ਵੇ ਤਾਂ ਮਾੜਕੂਆਂ ਦੀ ਟੀਮ ਹੈ, ਤੁਸੀਂ ਇੱਧਰ ਕਿਉਂ? ਕਹਿੰਦੇ ਵੀ ਤਕੜਿਆਂ ਵੱਲ ਤਾਂ ਸਾਰੇ ਹੀ ਹੋ ਜਾਂਦੇ ਆ, ਗੱਲ ਤਾਂ ਮਾੜੇ ਵੱਲ ਵੀ ਤਾਂ ਆਪਣਾ ਜਿਹੜਾ ਹੈਗਾ ਕੋਈ ਯੋਗਦਾਨ ਪਾਓ। ਪਹਿਲਾਂ ਤਾਂ ਸੀ ਉਹਨਾਂ ਦੇ, ਹਾਂ, ਉਹਨਾਂ ਦੇ ਦਿਮਾਗ ਵਿੱਚ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਹਮੇਸ਼ਾ ਹੀ ਕਮਜ਼ੋਰ ਲੋਕ ਜਿਹੜੇ ਆ, ਜਿਹੜੇ ਮਾੜੇ ਲੋਕ ਆ, ਜਿਹੜੇ ਨਿਰਬਲ ਨੇ, ਉਹਨਾਂ ਦੇ ਨਾਲ ਅਸੀਂ ਖੜਨਾ। ਅਤੇ ਉਹਨਾਂ ਦੇ ਉਸ ਪੁਆਇੰਟ ਤੋਂ ਇਹ ਕਲੀਅਰ ਹੋ ਜਾਂਦਾ, ਸਾਫ਼ ਹੋ ਜਾਂਦਾ ਵੀ ਉਹ ਨਿਮਾਣਿਆਂ ਦੇ ਮਾਣ ਸੀਗੇ। ਉਹਨਾਂ ਨੇ ਜਿਹੜੀ BA ਆ ਉਹ ਦੁਆਬਾ ਕਾਲਜ ਤੋਂ, ਠੀਕ, ਜੋ ਕਿ ਰੇਲਵੇ ਸਟੇਸ਼ਨ ਦੇ ਨੇੜੇ ਹੀ ਹੈ ਦੁਆਬਾ ਕਾਲਜ, ਉੱਥੋਂ ਉਹਨਾਂ ਨੇ BA ਪਾਸ ਕੀਤੀ। ਜਦੋਂ BA ਪਾਸ ਕਰ ਲਈ, ਕਿਉਂਕਿ ਉਦੋਂ ਸਮਾਂ ਜਿਹੜਾ ਹੈ ਉਹ ਨੌਕਰੀਆਂ ਦਾ ਹੜ੍ਹ ਆਇਆ ਹੋਇਆ ਸੀਗਾ, ਕਿਉਂਕਿ ਭਾਰਤ ਨੂੰ ਨੌਕਰੀਆਂ ਦੀ ਲੋੜ ਸੀ, ਮੁਲਾਜ਼ਮਾਂ ਦੀ ਲੋੜ ਸੀਗੀ। ਤਾਂ ਉਹਨਾਂ ਨੂੰ ਸਟੇਸ਼ਨ ਮਾਸਟਰ ਦੀ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਰੇਲਵੇ ਵਿੱਚ ਉਹਨਾਂ ਨੂੰ ਨੌਕਰੀ, ਹਾਂ, ਬਈ ਸਟੇਸ਼ਨ ਮਾਸਟਰ ਲਾਉਣਾ। ਅੱਛਾ ਜੀ। ਪਰੰਤੂ ਸੰਤ ਰਾਮਾਨੰਦ ਜੀ ਨੇ ਉਹ ਜਿਹੜਾ ਲੈਟਰ ਸੀਗਾ ਉਹਨੂੰ ਨਕਾਰ ਦਿੱਤਾ, ਅਕਸੈਪਟ ਨਹੀਂ ਕੀਤਾ, ਮਨਜ਼ੂਰ ਨਹੀਂ ਕੀਤਾ। ਉਹ ਕਹਿੰਦੇ ਅਸੀਂ
तो सतगुरु रविदास महाराज जी की नौकरी करनी है ठीक, क्योंकि यह झूठी सरकार की चिट्ठी है ठीक। ये सरकारां थोड़े समय बाद बदल जाती है, परंतु सतगुरु रविदास महाराज की सरकार जिहड़ी ओह कदे बदलदी नहीं, कायम दायम सदा पातशाही, दोम न सेम एक सो आही। उत्थे कोई भी दूजे दर्जे दा नहीं, कोई तीजे दर्जे दा नहीं, सारे अव्वल ने, इक्को जिहे। इस करके उन्होंने वो जड़ी नौकरी है ठीक वो ठुकरा दिती, परंतु जड़े उन्होंने शब्द कहे सगे वो सारी उम्र उन्होंने पहरा दिता। जदों उन्होंने आखिरी साह छड़िया उदों भी उन्होंने गुरु रविदास महाराज जी दी, गुरु रविदास महाराज दियां लाडलियां संगतां दी सेवा कीती, उन्हां दी नौकरी कीती, ते उन्हां ने सेवा मुक्ति लई नहीं, वो जिहड़े इन सर्विस जिहड़े सीगे उन्होंने शहादत प्राप्त कीती। इह संत रामानंद जी दा जिहड़ा संकल्प सीगा ਉਹ ਸੰਪੂਰਨ ਹੋਇਆ। ਇਹ ਸਾਰਾ ਮੇਰੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਹੈ ਜੀ। ਠੀਕ, ਅਤੇ ਤੁਸੀਂ ਤਾਂ ਦੱਸਿਆ ਕਿ ਉਹਨਾਂ ਨੂੰ ਨੌਕਰੀ ਦੀ ਚਿੱਠੀ ਆਈ ਆ, ਇਹ ਕਿਸੇ ਕਿਸੇ ਨੂੰ ਤਕਰੀਬਨ ਨਸੀਬ ਹੋ ਰਿਹਾ ਇਹ ਗੱਲਾਂ ਜਿਹੜੀਆਂ ਹੈਗੀਆਂ, ਅਤੇ ਉਹਨਾਂ ਨੇ ਠੁਕਰਾ ਦਿੱਤਾ, ਇਹ ਵੀ ਇੱਕ ਬਹੁਤ ਵੱਡੀ ਕੁਰਬਾਨੀ ਸੀ। ਅਤੇ ਮੈਂ ਇੱਥੇ ਤੁਹਾਡੇ ਨਾਲ ਇੱਕ ਵਿਚਾਰ ਇੱਕ ਸਾਂਝਾ ਹੋਰ ਕਰਨਾ ਚਾਹੁੰਦਾ ਕਿ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਸਭ ਕੁਛ, ਨਾ ਤਾਂ ਉਹਨਾਂ ਨੇ ਆਪਣਾ ਘਰ ਵਸਾਇਆ ਔਰ ਉਹਨੇ ਦੂਸਰੇ ਪਾਸੇ ਡੇਰਾ ਸੱਚਖੰਡ ਬੱਲਾਂ ਨੂੰ ਅਪਣਾ ਲਿਆ, ਅਤੇ ਉਹ ਡੇਰਾ ਸੱਚਖੰਡ ਬੱਲਾਂ ਵਿੱਚ ਕਿਸ ਤਰ੍ਹਾਂ ਦੀ ਉਹਨਾਂ ਦੀ ਭੂਮਿਕਾ ਰਹੀ ਉਸ ਵੇਲੇ ਸ਼ੁਰੂ ਵਿੱਚ, ਕਿੱਦਾਂ ਉੱਥੇ ਪਹੁੰਚੇ ਹੈ, ਉਹਦੇ ਬਾਰੇ ਵੀ ਥੋੜ੍ਹਾ ਚਾਨਣਾ ਜ਼ਰੂਰ ਪਾਓ। ਇਸ ਤੋਂ ਬਾਅਦ ਲੜੀਵਾਰ ਆਪਾਂ ਇਹ ਤਕਰੀਬਨ ਜਿਹੜਾ ਹੈਗਾ ਉਹਨਾਂ ਦੇ ਜੀਵਨ ਦੇ ਉੱਤੇ ਆਪਾਂ ਸੰਗਤਾਂ ਨੂੰ ਦੱਸਦੇ ਰਹਾਂਗੇ। ਇਹ ਜ਼ਰੂਰ ਦੱਸੋ ਵੀ ਡੇਰਾ ਬੱਲਾਂ ਦੇ ਨਾਲ ਉਹਨਾਂ ਦੇ ਇੰਨੇ ਜਿਹੜੇ ਮਜ਼ਬੂਤ ਸੰਬੰਧ ਸੀ ਉਹ ਕਿਸ ਤਰ੍ਹਾਂ ਬਣੇ। ਇਹ ਕਹਿੰਦੇ ਨੇ, ਬਹੁਤ ਵਾਰ ਜ਼ਿਕਰ ਹੋਇਆ, ਕਿਉਂਕਿ ਪ੍ਰਿੰਸੀਪਲ ਸਤਪਾਲ ਜੱਸੀ ਜੀ ਨੇ ਸੰਤ ਰਾਮਾਨੰਦ ਮਹਾਰਾਜ ਜੀ ਦੇ ਨਾਲ ਲਗਭਗ 31 ਸਾਲ ਤੋਂ ਜ਼ਿਆਦਾ ਸਮਾਂ ਜਿਹੜਾ ਉਹ ਕੰਮ ਕੀਤਾ, ਅਤੇ ਅਸੀਂ ਉਹਨਾਂ ਦੇ ਵਿਚਾਰ ਵੀ ਜਿਹੜੇ ਆ ਉਹ ਪੜ੍ਹਦੇ ਰਹਿੰਦੇ ਹਾਂ। ਉਹਨਾਂ ਦੇ ਅਨੁਸਾਰ ਹੈ ਕਿ ਸੰਤ ਰਾਮਾਨੰਦ ਮਹਾਰਾਜ ਜੀ ਦੀ ਮੰਗਣੀ ਹੋ ਗਈ। ਅੱਛਾ ਜੀ, ਰਿਸ਼ਤੇਦਾਰਾਂ ਨੇ ਰਿਸ਼ਤਾ ਕਰਤਾ। ਠੀਕ ਹੈ, ਮੰਗਣੀ ਵੀ ਹੋਈ। ਹਾਂਜੀ, ਕਹਿੰਦੇ ਜਦੋਂ ਨਾ ਸ਼੍ਰੀਮਾਨ ਮਹਿੰਗਾ ਰਾਮ ਜੀ ਮੰਗਣੀ ਦੇ ਲੱਡੂ ਲੈ ਕੇ ਆਏ ਡੇਰੇ, ਹਾਂਜੀ, ਤਾਂ ਸੰਤ ਹਰੀਦਾਸ ਮਹਾਰਾਜ ਜੀ ਨੇ ਹਾਂਜੀ ਕਿਹਾ ਕਿ ਤੁਸੀਂ ਖੁਸ਼ੀਆਂ ਜਿੱਦਾਂ ਮਰਜ਼ੀ ਮਨਾ ਲਓ, ਹਾਂਜੀ, ਇਹ ਕਿਹੜਾ ਰਿਸ਼ਤਾ ਰਹਿਣਾ ਹੈ, ਹਾਂਜੀ, ਇਹ ਕਿਹੜਾ ਰਹਿਣਾ ਹੈ, ਹਾਂਜੀ, ਕਿਉਂਕਿ ਸੰਤ ਸਰਵਣਦਾਸ ਮਹਾਰਾਜ ਜੀ ਨੇ ਆਸ਼ੀਰਵਾਦ ਦਿੱਤਾ ਸੀਗਾ ਕਿ ਇਹਨਾਂ ਨੇ ਸਮਾਜ ਦੀ ਸੇਵਾ ਕਰਨੀ ਹੈ, ਇਹ ਇੱਕ ਟੱਬਰ ਤੱਕ ਨਹੀਂ ਸੀਮਤ ਰਹਿਣਾ ਇਹਨਾਂ ਨੇ, ਹਾਂਜੀ। ਤਾਂ ਉਹ ਫਿਰ ਉਸੇ ਤਰ੍ਹਾਂ ਹੋਇਆ ਜੀ, ਰਿਸ਼ਤਾ ਟੁੱਟ ਗਿਆ, ਅਤੇ ਫਿਰ ਸੰਤ ਰਾਮਾਨੰਦ ਜੀ ਜਿਹੜੇ ਆ ਉਹ ਸੰਤ ਹਰੀਦਾਸ ਮਹਾਰਾਜ ਜੀ ਦੀ ਠੀਕ ਸਰਪ੍ਰਸਤੀ ਵਿੱਚ ਡੇਰੇ ਪੱਕੇ ਤੌਰ 'ਤੇ ਆ ਗਏ, ਅਤੇ ਉਸ ਵੇਲੇ ਇਹਨਾਂ ਨੇ ਜੋ ਡੇਰੇ ਦੇ ਮਰਿਆਦਾ ਹੈਗੀ ਆ, ਜਦੋਂ ਨਵੇਂ ਨਵੇਂ ਚੇਲੇ ਆਉਂਦੇ ਆ ਜਾਂ ਸੰਗਤਾਂ ਆਉਂਦੀਆਂ ਜਾਂ ਅਸੀਂ ਵੀ ਜਾਂਦੇ ਹਾਂ, ਸਭ ਤੋਂ ਪਹਿਲਾਂ ਸਾਫ਼ ਸਫਾਈਏ ਤੋਂ ਸ਼ੁਰੂ ਹੁੰਦਾ ਜੀ, ਵੀ ਅਸੀਂ ਇੱਥੇ ਝਾੜੂ ਮਾਰ ਦੇਈਏ, ਅਸੀਂ ਭਾਂਡੇ ਮਾਂਜ ਦੇਈਏ, ਅਸੀਂ ਆਹ ਕਰ ਦੇਈਏ, ਤਾਂ ਇੱਦਾਂ ਉਹਨਾਂ ਨੇ ਸਾਫ਼ ਸਫਾਈਆ ਜਿਹੜਾ ਆ ਉਹ ਕਰਨਾ ਸ਼ੁਰੂ ਕੀਤਾ। ਪਰੰਤੂ ਉਹਨਾਂ ਦੀ ਸੰਤਾਂ ਨੇ ਯੋਗਤਾ ਜਿਹੜੀ ਸੀਗੀ ਠੀਕ ਉਹ ਦੇਖੀ, ਅਤੇ ਸੰਤ ਗਰੀਬਦਾਸ ਮਹਾਰਾਜ ਜੀ ਨੇ ਠੀਕ ਉਹਨਾਂ ਦੀ ਉੱਚ ਯੋਗਤਾ ਦਾ ਲਾਭ ਵੀ ਲਿਆ। ਸੰਤ ਹਰੀਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਹੋਰ ਡੇਰੇ ਵਿੱਚ ਜਿਹੜੇ ਗ੍ਰੰਥ ਸੀਗੇ ਉਹ ਵੀ ਪੜ੍ਹਨ ਦਾ ਜਿਹੜਾ ਅਵਸਰ ਪ੍ਰਦਾਨ ਕੀਤਾ। ਮਹਾਰਾਜ ਜੀ ਉੱਚ ਕੋਟੀ ਦੇ ਸਕਾਲਰ ਸੀਗੇ, ਮਹਾਰਾਜ ਜੀ ਉੱਚ ਕੋਟੀ ਦੇ ਸੰਗੀਤਕਾਰ ਸੀਗੇ, ਮਹਾਰਾਜ ਜੀ ਉੱਚ ਕੋਟੀ ਦੇ ਕੀਰਤਨੀਏ ਸੀਗੇ,
ਸੁਰਾਂ ਦੇ ਸਮਰਾਟ ਸੀਗੇ, ਕੀਰਤਨ ਦੇ ਧਨੀ ਸੀਗੇ ਅਤੇ ਆਪ ਉਹ ਬਹੁਤ ਵਿਦਵਾਨ ਸਨ। ਉਹਨਾਂ ਦੀ ਵਿਦਵਤਾ ਜਿਹੜੀ ਹੈ ਉਹ ਮੈਂ ਆਪਣੇ ਆਪ ਜਿਹੜੀ ਇੱਕ ਉਦਾਹਰਣ ਤੁਹਾਨੂੰ ਦੱਸਾਂਗਾ ਕਿ ਅਸੀਂ ਫਲੌਰ ਦੇ ਪਿੰਡ ਰਾਮਗੜ੍ਹ ਨੰਗਲ ਵਿਖੇ ਇੱਕ ਸੰਮੇਲਨ ਸੀਗਾ, ਸੰਤ ਸੰਮੇਲਨ, ਉੱਥੇ ਅਸੀਂ ਗਏ ਅਤੇ ਮੈਨੂੰ ਟਾਈਮ ਮਿਲਿਆ ਤਾਂ ਮੈਂ ਉੱਥੇ ਜੋ ਬੋਲਿਆ ਉਹਦੇ 'ਤੇ ਸੰਗਤਾਂ ਨੇ ਬੜੀਆਂ ਤਾੜੀਆਂ ਮਾਰੀਆਂ, ਉਹ ਜਾਣੀ ਤਾੜੀਆਂ ਦਾ ਮਤਲਬ ਜਕਾਰੇ ਛੱਡ ਦਿੱਤੇ। ਜਦੋਂ ਜਕਾਰੇ ਛੱਡੇ ਉਹ ਗੱਲ ਕੀ ਸੀਗੀ, ਗੱਲ ਇਹ ਸੀਗੀ ਵੀ ਮੈਂ ਉੱਥੇ ਕਿਹਾ ਵੀ ਜਦੋਂ ਮਹਾਰਾਜ ਜੀ ਦੀ ਸ਼ਿਕਾਇਤ ਹੋ ਗਈ ਵੀ ਇਹ ਸੰਖ ਵਜਾਉਂਦੇ ਆ, ਇਹ ਤਿਲਕ ਲਗਾਉਂਦੇ ਆ, ਤਾਂ ਉਦੋਂ ਪੁਲਿਸ ਆ ਗਈ। ਮਹਾਰਾਜ ਜੀ ਕਹਿੰਦੇ ਵੀ ਸਰਕਾਰਾਂ ਨੂੰ ਭਾਜਣਾ ਪਏ, ਕੀ ਗੱਲ ਹੋਈ? ਉਹ ਕਹਿੰਦੇ ਤੁਹਾਡੀ ਸ਼ਿਕਾਇਤ ਹੋ ਗਈ ਵੀ ਤੁਸੀਂ ਸੰਖ ਵਜਾਉਂਦੇ ਆ ਅਤੇ ਤੁਸੀਂ ਤਿਲਕ ਲਗਾਉਂਦੇ ਆ। ਮੈਂ ਕਿਹਾ ਜੀ, ਫਿਰ ਉਹ ਉਸ ਵੇਲੇ ਉਦੋਂ ਇੱਕ ਗਾਣਾ ਚੱਲਦਾ ਸੀ, ਮੈਂ ਉਹਦੇ 'ਤੇ ਦੋ ਲਾਈਨਾਂ ਬੋਲ ਦਿੱਤੀਆਂ। ਹੋਇਆ ਕਿ ਜੇ ਸੰਖ ਵਿੱਚ ਫੂਕ ਮਾਰਤੀ, ਕੋਈ ਬੰਦਾ ਤਾਂ ਨਹੀਂ ਮਾਰਿਆ, ਮੱਥੇ ਉੱਤੇ ਤਿਲਕ ਲਗਾ ਲਿਆ, ਕੋਈ ਫਾਂਸੀ ਤਾਂ ਨਹੀਂ ਚਾੜਿਆ। ਹੋਇਆ ਕਿ ਜੇ ਸੰਖ ਵਿੱਚ ਫੂਕ ਮਾਰਤੀ, ਕੋਈ ਬੰਦਾ ਤਾਂ ਨਹੀਂ ਮਾਰਿਆ, ਮੱਥੇ ਉੱਤੇ ਤਿਲਕ ਲਗਾ ਲਿਆ, ਕੋਈ ਫਾਂਸੀ ਤਾਂ ਨਹੀਂ ਚਾੜਿਆ। ਜਦੋਂ ਇੱਦਾਂ ਬੋਲੇ ਤੇ ਉੱਥੇ ਜਕਾਰੇ 'ਤੇ ਜਕਾਰਾ ਲੱਗਣ ਲੱਗ ਪਿਆ, ਜੋਸ਼ ਆ ਗਿਆ ਸਾਰੇ। ਫਿਰ ਉਸ ਤੋਂ ਬਾਅਦ ਸਮਾਪਤ ਹੋਇਆ ਅਤੇ ਜਦੋਂ ਮਹਾਰਾਜ ਜੀ ਲੰਗਰ ਛਕਣ ਲੱਗੇ, ਮੈਂ ਉਹਨਾਂ ਦੇ ਸਾਹਮਣੇ ਬੈਠਾ ਸੀ। ਮਹਾਰਾਜ ਜੀ ਕਹਿੰਦੇ, ਮਾਸਟਰ ਜੀ ਲੰਗਰ ਛਕਣ ਤੋਂ ਬਾਅਦ ਗੱਲ ਸੁਣ ਕੇ ਜਾਣਾ, ਨੇੜੇ ਆਇਓ। ਤਾਂ ਜਿਹੜੀ ਮੇਰੇ ਬੁਰਕੀ ਅੰਦਰ ਸੀ ਉਹ ਬਾਹਰ ਆਉਣ ਨੂੰ ਲੱਗ ਪਈ, ਜਿਹੜੀ ਹੱਥ ਦੀ ਸੀ ਉਹ ਥੱਲੇ ਰਹਿ ਗਈ, ਕਿਉਂਕਿ ਮਹਾਰਾਜ ਜੀ ਵਿਦਵਾਨ ਸੀਗੇ, ਉਹਨਾਂ ਦਾ ਤੇਜ ਪ੍ਰਤਾਪ ਬਹੁਤ ਸੀਗਾ, ਉੱਥੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿੰਦੀ ਉਹਨਾਂ ਦੇ ਸਾਹਮਣੇ। ਤਾਂ ਮੈਂ ਉਸੇ ਕਹਿੰਦੇ ਨਹੀਂ ਫੁਲਕਾ ਛਕ ਲਿਆ, ਮੈਂ ਕਿਹਾ ਮਹਾਰਾਜ ਜਿਹੜਾ ਛਕਿਆ ਉਹ ਵੀ ਬਾਹਰ ਆਉਣ ਨੂੰ ਕਰਦਾ। ਅਤੇ ਫਿਰ ਮੈਂ ਗਿਆ ਅਤੇ ਮਹਾਰਾਜ ਜੀ ਕਹਿੰਦੇ, ਤੁਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਉਹਨਾਂ ਦੀ ਰਚਨਾ 'ਤੇ ਬਹੁਤ ਜ਼ਿਆਦਾ ਕੰਮ ਕਰਨਾ, ਤੁਹਾਡੇ 'ਤੇ ਸਮਰੱਥਾ ਹੈਗੀ ਆ, ਤੁਸੀਂ ਸਾਡੇ ਤੋਂ ਬਾਅਦ ਵੀ ਬੋਲ ਸਕਦੇ ਹਾਂ, ਇੰਨੀ ਤੁਹਾਡੇ 'ਚ ਸਮਰੱਥਾ ਹੈ। ਪਰੰਤੂ ਜਿਹੜਾ ਤੁਸੀਂ ਕਿਹਾ ਨਾ, ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਵੀ ਸੰਖ ਵਿੱਚ ਫੂਕ ਮਾਰਿਆ, ਕੋਈ ਬੰਦਾ ਤਾਂ ਨਹੀਂ ਮਾਰਿਆ, ਮੱਥੇ 'ਤੇ ਤਿਲਕ ਲਗਾ ਲਿਆ, ਕੋਈ ਫਾਂਸੀ ਤਾਂ ਨਹੀਂ ਚਾੜਿਆ। ਗੁਰੂ ਰਵਿਦਾਸ ਮਹਾਰਾਜ ਦੀ ਬਾਣੀ, ਹਮਸਰ ਦੀਨ ਦਿਆਲ ਨਾ ਤੁਮਸਰ ਆਪਤੀ ਅਰਕਾ ਕੀਜ਼ੈ, ਇੰਨੀ ਨਰਮਾਈ ਵਾਲੇ ਮਾਲਕ ਇੱਦਾਂ ਕਹਿ ਸਕਦੇ ਆ? ਮੈਂ ਕਿਹਾ ਮਹਾਰਾਜ ਜੀ ਇਹ ਹੁਣ ਫਲੌਰੀ ਗੱਲ ਰਹਿ ਜਾਵੇ, ਗੁਰਾਇਆਂ ਨਹੀਂ ਟੱਪਣੀ ਚਾਹੀਦੀ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਜਿਹੜੀ ਗਲਤੀ ਹੈ ਅਸੀਂ ਉਹਨਾਂ ਨੂੰ ਹੀ ਰਿਲਾਈਜ਼ ਕਰਾਉਂਦੇ ਹਾਂ, ਉਹਨਾਂ ਨੂੰ ਹੀ ਇਹਦੀ ਜਿਹੜੀ ਆ ਅਸੀਂ ਦੱਸਦੇ ਹਾਂ ਕਿ ਇਹ ਗਲਤ ਹੈ, ਤਾਂ ਕਿ ਤੁਹਾਡੇ ਵਿੱਚ ਗੁੰਜਾਇਸ਼ ਹੈਗੀ ਆ ਸੁਧਾਰਨ ਦੀ। ਲੋਕ ਤਾਂ ਸੰਤਾਂ ਨੂੰ ਕਹਿੰਦੇ ਆ, ਸੰਤ ਸਾਡੇ ਕੋਲ ਸਿੱਖਦੇ ਆ, ਕਹਿੰਦੇ ਇਸ ਕਰਕੇ ਤੁਹਾਨੂੰ ਅਸੀਂ ਪਿਆਰ ਨਾਲ ਬੁਲਾਇਆ। ਅਤੇ ਉਦੋਂ ਮੈਨੂੰ ਵਾਕਿਆ ਹੀ ਮਹਿਸੂਸ ਹੋਇਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਇੱਦਾਂ ਨਹੀਂ ਸੀ ਕਹਿ ਸਕਦੇ, ਇਹ ਸੰਤਾਂ ਦੀ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ, ਉਹਦਾ ਅਧਿਐਨ, ਉਹਨਾਂ ਦੀ ਫਲੋਸਫੀ, ਉਹਨਾਂ ਦੀ ਸਾਈਕੋਲੋਜੀ, ਜਿਹਦਾ ਡੂੰਘਾ ਗਿਆਨ ਸੀਗਾ, ਤਾਂ ਹੀ ਇਸ ਕਰਕੇ ਉਹਨਾਂ ਨੇ ਦੱਸਿਆ, ਤਾਂ ਹੀ ਇਹ ਕਰ ਸਕੇ ਜੀ। ਠੀਕ ਹੈ, ਕ੍ਰਾਂਤੀ ਟੀਵੀ ਦੇ ਇਹ ਸਰੋਤਿਆਂ ਨਾਲ ਬਹੁਤ ਵਧੀਆ ਵਿਚਾਰਾਂ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਮਾਸਟਰ ਸੋਮਰਾਜ ਜੀ ਫੁਆੜਾ, ਜਿਨ੍ਹਾਂ ਨੇ ਅਮਰ ਸ਼ਹੀਦ ਸੰਤ ਰਾਮਾਨੰਦ ਦੇ ਜੀਵਨ 'ਤੇ ਸ਼ੁਰੂ ਵਿੱਚ ਛੋਟੀ ਛੋਟੀਆਂ ਤੁਹਾਨੂੰ ਉਦਾਹਰਨਾਂ ਦੇ ਕੇ ਉਹਨਾਂ ਦੀ ਵਡੱਪਣਾ ਜਿਹੜੀ ਹੈ ਉਹ ਦੱਸੀ ਹੈ, ਔਰ ਅਸੀਂ ਇਸ ਲੜੀ ਨੂੰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਮਾਸਟਰ ਜੀ ਇਸ ਲੜੀ ਨੂੰ ਹਮੇਸ਼ਾ ਗਾਹਾਂ ਦੱਸਦੇ ਰਹਿਣਗੇ, ਕਿਉਂਕਿ ਬਹੁਤ ਨਜ਼ਦੀਕ ਇਹਨਾਂ ਨੇ ਉਹਨਾਂ ਦੇ ਕੋਲ ਰਹਿ ਕੇ ਇਹ ਬਹੁਤ ਗਿਆਨ ਪ੍ਰਾਪਤ ਕੀਤਾ, ਔਰ ਵੈਸੇ ਵੀ ਵਿਦਵਾਨ ਆ। ਮੈਂ ਘਰ ਵੀ ਜਾ ਕੇ ਦੇਖਦਾ ਕਿ ਬਹੁਤ ਇਹਨਾਂ ਕੋਲ ਗ੍ਰੰਥ ਆ, ਬਹੁਤ ਪੁਰਾਣੇ ਪੁਰਾਣੇ ਗ੍ਰੰਥ ਆ ਜਿਹੜੇ ਹਮੇਸ਼ਾ ਪੜ੍ਹਦੇ ਆ, ਅਤੇ
इस तरीके दे नाल जिहड़ा हैगा इह सज्जे ढंग दे नाल संगतां नूं जिहड़ा हैगा क्रांति टीवी दे जिहड़े स्रोते आ उहनां नूं इह दसदे रहिणगे। ते मैं हुण इजाजत लैण तों पहलां तुहानूं इह गल्लबात करनी चाहूंगा कि क्रांति टीवी जिहड़ा हैगा इह अमर शहीद संत रामानंद दे बोलां चों निकलिया होया टीवी है। इह टीवी किसी भी स्वार्थां वास्ते नहीं बनिया है। इह मैं हज़ारां बाद कह चुका मेरे जिहड़े दोस्त आ जिहड़े क्रांति टीवी नूं मदद कर रहे आ उन्हां नूं सारिआं नूं तकरीबन पता आ इस दे विच सब तों ज़्यादा जिहड़ी हैगी आ भूमिका आ इस टीवी नूं कामयाब करने दे लई उह श्री गुरु रविदास इंटरनेशनल ऑर्गनाइजेशन फॉर ह्यूमन राइट्स यूके दे जिहड़े मैंबर सेवन कमेटी दे आ उन्हां ने बहुत वड्डी भूमिका निभाई आ अते वेलफेयर सोसायटी यूरोप दे जिहड़े साथी है ते तीसरा संत सरवणदास वेलफेयर सोसायटी दे जिहड़े साथी है उन्होंने इस टीवी नूं कामयाब करन दे लई जो अपनी भूमिका निभा रहे आ मैं दिल दीआं गहराइआं तों धन्नवाद करदा। ते असीं तुहानूं दूसरे एपीसोड दे विच जिहड़ा कि बेगमपुरे दे संकल्प दे हेठां शुरू कीता गया है ते उह असीं तुहाडे अग्गे लै के आवांगे संत रामानंद दीआं नवीआं जिहड़ीआं गल्लां सीगीआं जिहड़ीआं उह समाज नूं चंगी सेध देणी चाहुंदे सी उह मास्टर जी हुणी पेश करनगे। हुण तुहानूं दिओ इजाजत। जय गुरदेव, जय भीम, जय संविधान।